ਹਾਂਜੀ ਵੈਲਕਮ ਜੀ ਆਪ ਸੌਦਾ ਪੰਜਾਬੀ ਮੀਚੀ ਚੈਨਲ ਤੇ ਸਭ ਵੀਰਾਂ ਭੈਣਾਂ ਦਾ ਬਿਊਰਗਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਲੈ ਕੇ ਆਜੇ ਨਵੀਂ ਰੋਡ ਬਸਤੇ ਨਵੀਆਂ ਇੰਪੋਰਟੈਂਟ ਖਬਰਾਂ ਤੇ ਸਟਾਰਟ ਕਰਦੀਆਂ ਵੀਡੀਓ ਇਸ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੇ ਤੁਸੀਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਜਰੂਰ ਕਰ ਲਿਆ ਕਰੋ ਨਾਲ ਜਿਹੜਾ ਬੈਲ ਆਈਕਨ ਹੈ ਉਹਨੂੰ ਜਰੂਰ ਦਬਾ ਪਲੇ ਕਰੋ ਤੇ ਤੁਹਾਨੂੰ ਦੱਸ ਦਈਏ ਜੀ ਜਿਹੜੀ ਵੀਡੀਓ ਆ ਇਹ ਆਪਾਂ ਜ਼ਿਆਦਾ ਲੰਬੀ ਨਹੀਂ ਕਰਨੀ ਹੈਗੀ 7-8 ਮਿੰਟ ਦੀ ਵੀਡੀਓ ਹੋਣੀ ਆ ਇਹਦੇ ਵਿੱਚ ਤੁਹਾਨੂੰ ਆਪਾਂ ਸਾਰੀਆਂ ਨਵੀਆਂ ਅਪਡੇਟਸ ਉਹ ਦੱਸ ਦੇਣੀ ਆ ਇਸ ਤੋਂ ਪਹਿਲਾਂ ਇੱਕ ਗੁੱਡ ਨਿਊਜ਼ ਵੀ ਹੈਗੀ ਤਨ ਮੇ ਆਪੀ ਦੱਸਣੇ ਇੱਕ ਗੱਲ ਸੁਣੋ ਬੰਦਿਆ ਵਾਸਤੇ ਜਿਹੜੇ ਬੰਦੇ ਪੇਪਰਾਂ ਬਾਰੇ ਜਿਹੜੇ ਆ ਪੇਪਰ ਆਪਨ ਰੋਜ਼ ਪੁੱਛਦੇ ਆਂ ਪੇਪਰ ਨਿਕਲੇ ਕਿਸੇ ਦੇ ਨਹੀਂ ਨਿਕਲੇ ਪਰ ਪੇਪਰਾਂ ਦੀ ਗੱਲ ਕਰਨ ਤੋਂ ਪਹਿਲਾਂ ਆਪਾਂ ਤੁਹਾਨੂੰ ਜਿਹੜਾ ਨਵਾਂ ਡੀਪੀਸੀਐਮ ਬਾਰੇ ਜਿਹੜੀ ਉਹਦੀ ਵਾਝ ਜਾਣਕਾਰੀ ਦੇ ਦਈਏ ਜਿਹੜਾ ਕਿ ਤੁਹਾਨੂੰ ਕੀ ਪਤਾ ਅੱਜ ਵੀ ਅੱਜ 6 ਮਾਰਚ ਹੈ ਜੀ 6 ਮਾਰਚ ਤੋਂ ਆ ਜਿਹੜਾ ਨਵਾਂ ਡੀਪੀਸੀਐਮ ਹੈ ਉਹ ਆ ਚੁੱਕਾ ਹੈ ਵਿਗੋਰ ਦੇ ਵਿੱਚ ਜਿਹੜਾ ਐਂਟਰ ਕਰ ਚੁੱਕਾ ਹੈ ਤੇ 6 April ਤੋਂ ਜਿਹੜਾ ਨਵਾਂ ਡੀਪੀਸੀਐਮ ਇਹੜਾ ਲੱਗਣਾ ਹੈ ਦੇਖਦੇ ਆਂ ਆਪਾਂ ਨਵੇਂ ਡੀਪੀਸੀਐਮ ਦੇ ਵਿੱਚ ਜਿਹੜੀਆਂ ਚੀਜ਼ਾਂ ਨਵੀਆਂ ਇਸ ਵੀਡੀਓ ਵਿੱਚ ਤੁਹਾਨੂੰ ਸਾਰੀ ਇਨਫੋਰਮੇਸ਼ਨ ਜਿਹੜੀ ਮਿਲ ਜਾਈਓਗੀ ਕਿ ਕਿਹੜੀ ਸਪਸ਼ਟਾ ਮੈਂੰਤੀ ਤੁਸੀਂ ਕਰ ਸਕਦੇ ਆ ਸਿਕੁੰਦੇ ਕਾਜ਼ ਦੇ ਵਗਾਰੇ ਕੋਪਰੀ ਫੋਰ ਕੋ ਸਪੋਰਸ ਅਮੀਚੀ ਸਾਰਾ ਕੋ ਤੁਹਾਨੂੰ ਇਹ ਵਿੱਚ ਮਿਲ ਜਾਣਾ ਸੋ ਦੱਸ ਦੇ ਤੁਹਾਨੂੰ ਜਿਹੜੀ ਮਾਰਯੋਦਰਾਗੀ ਸਰਕਾਰ ਹੈ ਜਿਹਨੋਂ ਦਾ ਇਹ ਪਹਿਲਾ ਡੀਪੀਸੀਐਮ ਆ ਤੇ ਅੱਜ ਇਹ ਆਫੀਸ਼ੀਅਲ ਤੌਰ ਤੇ ਵਿਗੋਰ ਦੇ ਵਿੱਚ ਜੜਿਆ ਐ ਇੰਟਰ ਜਿਹੜਾ ਕਰ ਗਿਆ ਐ ਅੱਜ 6 ਮਾਰਚ ਆ 6 ਮਾਰਚ ਤੋਂ ਲੈ ਕੇ 6 ਅਪ੍ਰੈਲ ਤੱਕ ਜਿਹੜੀ ਇਹ ਜਿਹੜੀ ਆ 1 ਮਹੀਨੇ ਦੀ ਜਿਹੜੀ ਪੂਰੀ ਡੇਟ ਐ ਐਸਡੀਪੀਸੀਐਮ ਦੀ ਲੱਗਾ ਰਹਿਣਾ ਐ ਤਾਂ ਦੱਸ ਦੇ ਜਿਹੜੇ ਮਿਜ਼ੂਰੇ ਆ ਉਹ ਸਾਰੇ ਇਟਲੀ ਵਾਸਤੇ ਇੱਕੋ ਜਿਹ ਡਿਪੈਂਡ ਕਰ ਤੁਸੀਂ ਕਿਹੜੇ ਫਾਸ਼ਾ ਦੇ ਵਿੱਚ ਜਿਹੜੇ ਰਹਿਨੇ ਆ ਜਾਲਾ ਦੇ ਵਿੱਚ ਰੰਜੂਨੀ ਦੇ ਵਿੱਚ ਜਾਂ ਰੋਸੂ ਦੇ ਵਿੱਚ ਤੁਹਾਨੂੰ ਦੱਸ ਦਈਏ ਜੀ ਇਸ ਵਕਤ ਇਟਲੀ ਦੇ ਵਿੱਚ ਚਾਰ ਜਿਹੜੇ ਜ਼ੂਨ ਹਨ ਇੱਕ ਜਗ੍ਹਾ ਜ਼ੂਨਾ ਰੋਸਾ ਜ਼ੂਨਾ ਰੰਜੂਨੀ ਜ਼ੂਨਾ ਜਾਲਾ ਤੇ ਜ਼ੂਨਾ ਫਾਸ਼ਾ ਬਿਆੰਕਾ ਚਾਰ ਜਿਹੜੇ ਇਸ ਵੇਲੇ ਜਿਹੜੇ ਫਾਸ਼ਾ ਇਟਲੀ ਵਿੱਚ ਜਿਹੜੇ ਬਣੇ ਹੋਏ ਆ ਫਾਸ਼ਾ ਬਿਆੰਕਾ ਮਤਲਬ ਵੀ ਜਿਹੜੇ ਵੀ ਸਾਰਾ ਕੁਝ ਖੁੱਲਾ ਆ ਸਿਰਫ ਸਰਦੀਆਂ ਦੇ ਵਿੱਚ ਹੈ ਬਾਕੀ ਇਟਲੀ ਦੇ ਵਿੱਚ ਕਿਸੇ ਵੀ ਪਾਸੇ ਕੋਈ ਫਾਸ਼ਾ ਬਿਆੰਕ ਹਲੇ ਤੱਕ ਨਹੀਂ ਹੈਗਾ ਸਾਉ ਤੋਂ ਪਹਿਲਾਂ ਗੱਲ ਕਰੀਏ ਜੀ ਆਪਾਂ ਜ਼ੂਨਾ ਰੰਜਚੂਨੀਓ ਸਕੂਲੂ ਦੀ ਰੰਜਚੂਨੀਓ ਸਕੂਲੂ ਦੇ ਵਿੱਚ ਜਿਹੜੇ ਰੂਲ ਰੰਜਚੂਨੀਓ ਦੇ ਵਿੱਚ ਹੁੰਦੇ ਆ ਉਹ ਤੁਹਾਨੂੰ ਫਾਲੋ ਕਰਨੇ ਪੈਣੇ ਆ ਇਸ ਤੋਂ ਇਲਾਵਾ ਰੰਜਚੂਨੀਓ ਸਕੂਲੂ ਦੇ ਵਿੱਚ ਜਿੰਨੇ ਵੀ ਜਿਹੜੇ ਸਕੂਲ ਆ ਜੀ ਸਾਰੇ ਜਿਹੜੇ ਆ ਬੰਦ ਕਰ ਦਿੱਤੇ ਜਾਣੇ ਆ ਜਿਹੜੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਾਨੀ ਕਿ ਹੁਣ ਸੋਮਵਾਰ ਤੋਂ ਫਿਰ ਜਿਹੜੇ ਇੱਕ ਫਾਸੇ ਚੇਂਜ ਹੋਣੇ ਆ ਉਹਨਾਂ ਵਿੱਚ ਕਈ ਜਿਹੜੇ ਨਵੇਂ ਜ਼ੋਨ ਜਿਹੜੇ ਚੇਂਜ ਹੋਣੇ ਆ ਸਟੇਟਸ ਦੇ ਉਹਨਾਂ ਵਿੱਚ ਨਵੇਂ ਜਿਹੜੇ ਫਾਸੇ ਬਣਨੇ ਆ ਤੇ ਸੋ ਰੋਨਾ ਰੰਜਚੂਨੀਓ ਸਕੂਲੂ ਦੇ ਵਿੱਚ ਜਿਹੜੇ ਫਾਸੇ ਆ ਜੀ ਉਹ ਜਿਹੜੇ ਸਕੂ ਇਸ ਤੋਂ ਬਾਅਦ ਦੂਜੇ ਨੰਬਰ ਤੇ ਜਿਹੜਾ ਹੈ ਜੀ ਮਾਸਕ ਕਿਨਿਆ ਦੀ ਸਤਾਨਸਾ ਮਾਸਕ ਕਿਨ ਜਿਹੜਾ ਤੁਹਾਨੂੰ ਤਾਂ ਦੱਸ ਦਿੱਤੀ ਹੈ ਜਿਹੜੇ ਮਾਸਕ ਕਿਨ ਨੇ ਆ ਜਿਹੜੇ ਇੰਪੋਰਟੈਂਟ ਆ ਤੁਸੀਂ ਚਾਹੇ ਲੋਗੋ ਪਰਤੂ ਦੇ ਵਿੱਚ ਵੀ ਹੈਗੇ ਆ ਤਾਂ ਵੀ ਤੁਹਾਨੂੰ ਮਾਸਕ ਕਿਨ ਜਿਹੜੇ ਆਪਣੇ ਕੋਲ ਰੱਖਣੇ ਪੈਣੇ ਆ ਲੋਕੀ ਕੁਝ ਦੇ ਵੇਲੇ ਤੁਹਾਨੂੰ ਮਾਸਕ ਕਿਨ ਜਿਹੜੇ ਆ ਪਾਉਣੇ ਪੈਣੇ ਆ ਤੇ ਡਿਸਟੈਂਸ ਜਿਹੜਾ ਆ ਰੱਖਣਾ ਪੈਣਾ ਆ ਤੇ ਗੱਲ ਕਰੀਏ ਆਪਣੇ ਦੋਸਤਾਂ ਦੇ ਘਰ ਜਾਣਾ ਜਾਂ ਜੇ ਤੁਸੀਂ ਰਿਸ਼ਤੇਦਾਰਾਂ ਦੇ ਘਰ ਜਾਣਾ ਆ ਉਹ ਜਿਹੜਾ ਆ ਉਹੀ ਜਿਹੜੀ ਪਹਿਲਾਂ ਸੀਗੀ ਤੁਸੀਂ ਦੋ ਜਣੇ ਜਾ ਸਕਦੇ ਆ ਨਾਲ ਜਿਹੜਾ ਤੁਹਾਡੇ ਕੋਲ ਬੱਚਾ 14 ਸਾਲ ਤੋਂ ਉਦੀ ਉਮਰ ਜਿਹੜੀ ਆ ਤੇ ਸਿਰਫ ਤੁਸੀਂ ਇਹ ਜਾ ਸਕਦੇ ਹੋ ਤੁਹਾਡਾ ਜ਼ੂਨ ਜਾਲ ਆਇਆ ਜਾਂ ਤੁਹਾਡਾ ਜ਼ੂਨ ਰਾਂਚੂ ਨੇ ਆ ਜਿਸ ਨੂੰ ਰੋਸਾ ਆ ਜਾਂ ਜਿਹਦੇ ਦੋਨੋਂ ਰੋਸਾ ਸਕੂਲ ਉਹ ਜਿਹੜਾ ਰਾਂਚੂ ਨੇ ਸਕੂਲ ਉਹਦੇ ਵੀ ਤੁਸੀਂ ਨਹੀਂ ਜਾ ਸਕਦੇ ਹੈਗੇ ਤੇ ਜਿਸ ਦੋਨੋਂ ਰੋਸਾ ਦੇ ਵਿੱਚ ਜਿਹੜਾ ਬਿਲਕੁਲ ਵਿਤਾ ਤੋਂ ਆ ਤੁਸੀਂ ਆਪਣੇ ਦੋਸਤਾਂ ਦੇ ਘਰੇ ਜਾਂ ਆਪਣੇ ਸ਼ਤਰਾਂ ਦੇ ਘਰੇ ਜਿਹੜਾ ਨਹੀਂ ਜਾ ਸਕਦੇ ਹੈਗੇ ਕੋਪਰੀ ਫੋਕਸ ਦਾ ਟਾਈਮ ਜਿਹੜਾ ਜੂ ਹੋਈ ਹਰਾਂ ਨੂੰ 10 ਵਜੇ ਤੋਂ ਲੱਗ ਜਾਣਾ ਸਵੇਰ ਨੂੰ 5 ਵਜੇ ਤੱਕ ਲੱਗਿਆ ਰਹਿਣਾ ਹੈ ਕੋਪਰੀ ਫੋਕਸ ਦੇ ਵਿੱਚ ਜੇ ਤੁਹਾਨੂੰ ਕੋਈ ਐਸੀ ਜੈਂਸ ਲੈਬੋਰਟਰੀ ਵਿੱਚ ਆ ਕੰਮ ਦੇ ਨਾਲ ਕੋਈ ਪ੍ਰੋਬਲਮ ਹੈ ਤੁਸੀਂ ਜਾ ਸਕਦੇ ਆ ਤੁਹਾਨੂੰ ਕੋਈ ਨੈਸੈਸਰੀ ਜਿਹੜੀ ਬਹੁਤ ਜ਼ਰੂ ਇਸ ਤੋਂ ਬਾਅਦ ਗਲਗੱਦੀ ਫਾਸ਼ਾ ਬੈਂਕਾਂ ਦੀ ਫਾਸ਼ਾ ਬੈਂਕਾਂ ਦੇ ਵਿੱਚ ਕਿਹੜੀ ਸਟੇਟ ਜਿਹੜੀ ਜਾ ਸਕਦੀ ਹੈ ਜੇਕਰ ਪਿਛਲੇ 3 ਹਫ਼ਤਿਆਂ ਤੋਂ ਜਿਹੜੇ ਕੇਸ ਹੈ ਜੀ ਉਹ 50 ਤੋਂ ਘੱਟ ਹਰ ਇੱਕ ਲੱਖ ਬੰਦੇ ਦੇ ਪਿੱਛੇ 50 ਕੇਸ ਆਣ ਫਿਰ ਜਿਹੜੇ ਪਿਛਲੇ 3 ਹਫ਼ਤੇ ਲਗਾਤਾਰ ਜਿਹੜੇ ਚੱਲਣ ਤੇ ਫਿਰ ਜਿਹੜੇ ਤੁਹਾਨੂੰ ਫਾਸ਼ਾ ਜਿਹੜਾ ਹੈ ਬੈਂਕਾਂ ਦੇ ਵਿੱਚ ਜਿਹੜਾ ਇੰਟਰ ਕਰਾਤਾ ਜਾਂਦਾ ਪਰ ਫਿਲਹਾਲ ਬਦਕਿਸਮਤੀ ਨਾਲ ਜਿਹੜੀ ਦੇ ਵਿੱਚ ਐਸੀ ਕੋਈ ਵੀ ਸਟੇਟ ਜਿਹੜੀ ਹੈ ਨਹੀਂ ਕਿ ਸਰਦੀਆਂ ਤੋਂ ਇਲਾਵਾ ਜਿਹੜੀ ਫਾਸ਼ਾ ਬੈਂਕਾਂ ਦੇ ਵਿੱਚ ਜਿਹੜੀ ਇੰਟਰ ਕਰ ਸਕੇ ਇਸ ਤੋਂ ਬਾਅਦ ਆਪਣੇ ਹੋਰ ਬਹੁਤ ਆਪਣੇ ਕਮੈਂਟ ਆਉਂਦੇ ਆ ਵੀ ਸਪਸ਼ਟਮੈਂਤੀ ਪਾਜੀ ਅਸੀਂ ਕੰਨੀ ਇੱਕ ਸਟੇਟੂ ਦੀ ਸਟੇਟ ਦੇ ਵਿੱਚ ਜਾ ਸਕਦੇ ਹਾਂ ਜਾਂ ਨਹੀਂ ਜਾ ਸਕਦੇ ਤੁਹਾਨੂੰ ਦੱਸਦੀ ਆ ਜੀ 27 ਮਾਰਚ 2021 ਤੱਕ ਜਿਹੜਾ ਦਿਵੇਤੂ ਹੀ ਲੱਗਾ ਹੋਇਆ ਹੈ ਦਿਵੇਤੂ ਦੀ ਸਪਸ਼ਟਮੈਂਤੀ ਤੁਸੀਂ ਚਾਹੇ ਜ਼ੋਨਾਂ ਬੈਂਕਾਂ ਦੇ ਵਿੱਚ ਜਾਂ ਚਾਹੇ ਜ਼ੋਨਾਂ ਚਾਲਾ ਦੇ ਵਿੱਚ ਜਾਂ ਰੋਸਾ ਦੇ ਵਿੱਚ ਜਾਂ ਜਾਂ ਰਣਚੂਨੀ ਦੇ ਵਿੱਚ ਜਾਂ ਜਿਹੜੇ ਮਰਜੀ ਜ਼ੋਨ ਦੇ ਵਿੱਚ ਆ ਤੁਸੀਂ ਆਪਣੀ ਸਟੇਟ ਤੋਂ ਬਾਹਰ ਜਿਹੜਾ ਨਹੀਂ ਨਿਕਲ ਸਕਦੇ ਹੈਗੇ ਜੇ ਨਿਕਲਣਾ ਹੈ ਜੇ ਤੁਹਾਨੂੰ ਮਤੀਬੂ ਦੀ ਲਬੂਰੋ ਆ ਕੋਈ ਕੰਮ ਨਾਲ ਪ੍ਰੋਬਲਮ ਹੈ ਜਾਂ ਕੋਈ ਸੀਜ਼ ਨਾਲ ਪ੍ਰੋਬਲਮ ਹੈ ਤੁਹਾਨੂੰ ਉਹ ਤੋਂ ਚਰਤੀਫਕ ਉਸਨੇ ਨਾਮ ਲੈ ਕੇ ਇਸ ਤੋਂ ਬਾਅਦ ਸੀਟੀਐਸ ਦਾ ਇੱਕ ਨਵਾਂ ਜਿਹੜਾ ਬਿਆਨ ਹੈ ਉਹਨੇ ਕਨਫਰਮ ਕਰ ਦਿੱਤਾ ਹੈ ਵੀ ਜਿਹੜੇ ਜਿਹੜਾ ਜਿਹੜਾ ਵੀ ਜ਼ੋਨਰੂਸਾ ਹੋਊਗਾ ਉਹਦੇ ਵਿੱਚ 파루케ਰੀ ਤੇ ਬਾਰਬੀਅਰੀ ਜਿਹੜੇ ਆ ਇਹ ਜਿਹੜੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਜਾਣਗੀਆਂ ਪਹਿਲਾਂ ਸਰਕਾਰ ਖੋਲਣ ਦੀ ਸੋਚ ਰਹੀ ਸੀ ਹੁਣ ਸਰਕਾਰ ਨੇ ਨਹੀਂ ਖੋਲਣਾ ਹੈਗਾ ਸੀਟੀਐਸ ਉਹਨਾਂ ਦਾ ਨਵਾਂ ਆਰਡਰ ਜਿਹੜਾ ਆ ਗਿਆ ਹੈ ਇਸ ਤੋਂ ਬਾਅਦ ਉਹਨਾਂ ਦੱਸਦੀ ਹੈ ਜਿਹੜੀ ਚੈਂਤਰੀ ਕਮਰਚੀਆਲੀ ਦੀ ਮਿਰਕਾਤੀ ਦੀ ਗੱਲ ਕਰੀਏ ਜਿਹੜੇ ਜੁਰਨਾ ਤੇ ਫੈਸਟੀਵੇ ਹੁੰਦੇ ਆ ਜਾਂ ਪ੍ਰੇ ਫੈਸਟੀਵੇ ਹੁੰਦੇ ਆ ਪੂਰੇ ਇਟਲੀ ਦੇ ਵਿੱਚ ਜਿਹੜੀਆਂ ਇਸਾ ਚਿਤਸੀ ਕਮਰਚਾਲੀ ਆ ਸਾਰੀਆਂ ਨਹੀਂ ਬੰਦ ਰਹਿਣਗੀਆਂ ਯਾਨੀ ਤੇ ਵੀਕੈਂਡ ਦੇ ਵਿੱਚ ਜਿਹੜੀਆਂ ਮਾਰਕੀਟਾਂ ਆ ਜੀ ਬੰਦ ਰਹਿਣਗੀਆਂ ਬਾਕੀ ਸਾਰੇ ਪਾਸੇ ਜਦੋਂ ਜੂਨਰ ਰੂਸਾ ਦੇ ਵਿੱਚ ਇੰਟਰ ਕਰ ਜਾਂਦੀ ਕੋਈ ਸਟੇਟ ਉਸ ਵਕਤ ਜਿਹੜੀਆਂ ਬਾਕੀ ਦਿਨ ਵੀ ਜਿਹੜੀਆਂ ਮਾਰਕੀਟਾਂ ਬੰਦ ਰਹਿਣਗੀਆਂ ਸਿਰਫ ਐਲੀਮੈਂਟਰੀ ਸਟੋਰ ਜਿਹੜੇ ਖੁੱਲੇ ਰਹਿਣਗੇ ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਗੱਲ ਕਰੀ ਜਿਹੜੇ ਮੌਸਟਰੀਜ਼ਮ ਮਿਊਜ਼ੀਅਮ ਜਿਹੜੇ ਹੁੰਦੇ ਆ ਇਹਨਾਂ ਵੀ ਜੀ ਤੁਸੀਂ ਜੋਨਾ ਚਾਲਾ ਦੇ ਵਿੱਚ ਆਉਨੇ ਆ ਤੇ ਉਸ ਵਕਤ ਤੁਸੀਂ ਇੰਟਰ ਜਾ ਸਕਦੇ ਆ ਰੂਨੂ ਦੀ ਤੋਂ ਲੈ ਕੇ ਮੈਨਰ ਦੀ ਤੱਕ ਤੇ ਬਾਕੀ ਯਾਰਨੀ ਫੈਸਟੀਵਲ ਵਿੱਚ ਸਾਰੇ ਜਿਹੜੇ ਬੰਦ ਰਹਿਣਗੇ ਤੇ ਤਾਂ ਦੱਸ ਦਈਏ 27 ਮਾਰਚ 2021 ਤੋਂ ਜਿਹੜ ਸਿਰਫ ਜੇ ਤੁਸੀਂ ਜੂਨਾ ਜਾਲਾ ਦੇ ਵਿੱਚ ਜਿਹੜੇ ਆ ਹੈਗੇ ਆ ਤੇ ਤੁਹਾਨੂੰ ਦੱਸ ਦਈਏ ਇਹ ਇਹਦੇ ਵਿੱਚ ਤੁਹਾਨੂੰ ਪਹਿਲਾਂ ਪ੍ਰੈਨ ਉਤਾਰੇ ਜਿਹੜੇ ਕਰਾਉਣੀ ਪੈਣੀ ਆ ਆਨਲਾਈਨ ਆਪਣੀ ਅਪਾਇੰਟਮੈਂਟ ਜਾਂ ਆਪਣੇ ਵਿਜ਼ਿਟ ਜਿਹੜਾ ਤੁਸੀਂ ਕਰਨਾ ਬਾਕੇ ਸਿਨੇਮਾ ਤੇ ਜਿਹੜੇ ਥੀਏਟਰ ਹੈ ਜਿਹੜੇ ਬੰਦ ਰਹਿਣਗੇ ਹੱਲੇ ਗੱਲ ਕਰੀਏ ਪਸੀਨੇ ਦੇ ਪਲੇਸਟਰਿਆਂ ਬਾਰੇ ਪਲੇਸਟਰੇ ਤੇ ਪਸੀਨੇ ਜਿਹੜੇ ਆ ਜੀ ਪੂਰੇ ਇਟਲੀ ਵਿੱਚ ਜਿਹੜੇ ਆ ਬੰਦ ਰਹਿਣਗੇ ਤਰ੍ਹਾਂ ਦੇ ਜੂਨਾ ਬੈਂਕਾ ਦੇ ਵਿੱਚ ਜੂਨਾ ਬੈਂਕਾ ਦੇ ਵਿੱਚ ਜਿਹੜੇ ਖੋਲ ਸਕਦੇ ਆ ਪਸੀਨੇ ਤੇ ਪਲੇਸਟਰੇ ਪਰ ਫਿਲਹਾਲ ਇਟਲੀ ਨੂੰ ਕੋਈ ਵੀ ਮਤਲਬ ਹੈ ਨਹੀਂਗਾ ਕੋਈ ਸਾਰਾ ਇਟਲੀ ਜੂਨਾ ਬੈਂਕਾ ਦੇ ਵਿੱਚ ਹੈ ਨਹੀਂਗਾ ਤੇ ਬਾਕੀ ਬਾਕੀ ਪਾਸੇ ਜਿੱਥੇ ਵੀ ਹੈ ਜਿਹੜਾ ਦੀਵਯਤੂ ਲੱਗਾ ਹੋਇਆ ਹੈ ਵੀ ਪ੍ਰਸਤਿ ਤੇ ਪਿਛਲੇ ਨਹੀਂ ਖੁੱਲਣੇ ਹੈਗੇ ਬਾਕੀ ਤੁਸੀਂ ਜੇ ਕੋਈ ਪਾਸੇ ਜਾਤਾ ਕਰਨਾ ਹੈ ਜਾਂ ਕੋਈ ਅਤਿਵਿਤ ਸਪੂਰਤੀਵਾ ਕਰਨੀ ਹੈ ਆਪਣੇ ਘਰ ਤੋਂ ਬਾਹਰ ਸੈਰ ਕਰਨੀ ਹੈ ਤੁਸੀਂ ਜੇ ਫਾਸਚ ਜਾਲਾ ਦੇ ਵਿੱਚ ਜਾਂ ਰਣਚੋਨੀ ਦੇ ਵਿੱਚ ਹੈ ਤੁਸੀਂ ਬਾਹਰ ਨਿਕਲ ਸਕਦੇ ਆ ਤੇ ਤੁਸੀਂ ਬਰ ਦਿਸਤਾਨਸ ਸਿਕਿਉਰ ਸਟੇੜੀਆਂ ਰੱਖਣੀਆਂ ਤੇ ਆਪਣੇ ਕਮਿਊਨਿਟੀ ਦੇ ਵਿੱਚ ਕੋਸ਼ਿਸ਼ ਕਰੋ ਜਿਆ ਦੂਰ ਆਪਣੇ ਨਾ ਜਾਵੋ ਜੇ ਤੁਸੀਂ ਫਾ ਜੇ ਤੁਸੀਂ ਫਾਸ਼ਾ ਰੋਸਾ ਦੇ ਵਿੱਚ ਹੈ ਫਿਰ ਤੁਸੀਂ ਆਪਣੇ ਘਰ ਦੇ ਕੋਲ ਹੀ ਰਹਿਣਾ ਹੈ ਘਰ ਤੋਂ ਜਿਆ ਦੂਰ ਜਿਹੜਾ ਨਹੀਂ ਜਾਣਾ ਹੈਗਾ ਜਾ ਸਕਦੇ ਤੁਸੀਂ ਪਰ ਕੱਲਿਆਣੇ ਜਾਣਾ ਹੈ ਫਿਰ ਬਾਕੀ ਫੈਸਟ ਜਿਹੜਾ ਜੀ ਕੋਈ ਬੰਦਾ ਫੈਸਟਾ ਨਹੀਂ ਕਰ ਸਕਦਾ ਹੈਗਾ ਡਿਸਕੋ ਤੇ ਕੇ ਜਿਹੜੇ ਆ ਬੰਦ ਰਹਿਣਗੇ ਰੀਐਂਟਰੋਲ ਸਟੀਰੋ ਦੀ ਗੱਲ ਕਰੀਏ ਜਿਹੜਾ ਵੀ ਬੰਦਾ ਬਾਹਰੋਂ ਇਟਲੀ ਵਿੱਚ ਇੰਟਰ ਕਰਦਾ ਆ ਉਹ ਜਿਹੜਾ ਹੈ ਆਪਣੇ ਟੈਸਟ ਜਿਹੜਾ ਕਰਾਉਣਾ ਪੈਣਾ ਆ ਆਉਣ ਤੋਂ 72 ਘੰਟੇ ਪਰਮਨੈਂਟਲੀ ਵਿੱਚ ਇੰਟਰ ਹੋਣ ਤੋਂ 72 ਘੰਟੇ ਬਾਅਦ ਇਹਦਾ ਟੈਸਟ ਹੋਣਾ ਜ਼ਰੂਰੀ ਆ ਤੇ ਇਹ ਜਿਹੜਾ ਸਿਕਾ ਜੀ ਪੂਰਾ ਡੀਪੀਸੀ ਐਮਐਨਵਾ ਜਿਹੜਾ ਜੇ ਇੰਟਰ ਕੀਤਾ ਆ ਵੀ ਗੁਰੂ ਦੇ ਵਿੱਚ ਤੇ 6 ਅਪ੍ਰੈਲ ਤੱਕ ਇਹ ਲੱਗਾ ਰਹਿਣਾ ਆ ਮੈਂ ਤੁਹਾਨੂੰ ਤਾਂ ਰਪੀਟੀ ਕੀਤਾ ਸਾਰਾ ਤਾਂ ਕਿ ਇੱਕ ਵਾਰ ਆਪਣੇ ਵੀਰਾਂ ਲਈ ਪੂਨੀ ਇਨਫੋਰਮੇਸ਼ਨ ਜਿਹੜੀ ਆ ਮਿਲ ਇਸ ਤੋਂ ਬਾਅਦ ਇੱਕ ਕਿਹੜੀ ਨਵੀਂ ਅਪਡੇਟ ਆਈ ਹੈ ਉਹਦੇ ਬਾਰੇ ਤੁਹਾਨੂੰ ਦੱਸਦੀ ਹਾਂ ਇਸ ਵਕਤ 44% ਇਟਾਲੀਅਨ ਜਿਹੜੇ ਬੰਦੇ ਆ ਉਹ ਜਿਹੜੇ ਆ ਜੀ ਲਾਕਡਾਊਨ ਜਿਹੜੀ ਆ ਮੰਗ ਰੋਣੇ ਸ਼ੁਰੂ ਕਰ ਦਿੱਤੀ ਹੈ ਲਾਕਡਾਊਨ ਦੂਰੋ ਲਾਕਡਾਊਨ ਦੂਰੋ ਦਾ ਮਤਲਬ ਵੀ ਪੂਰਾ ਇਟਲੀ ਵਿੱਚ ਜਿਹੜਾ ਸਾਰਾ ਕੰਮ ਵਗੈਰਾ ਵੀ ਜਿਹੜੀ ਆ ਬੰਦ ਕਰ ਦਿੱਤੇ ਜਾਂ ਇੱਕ ਵਾਰ ਜਿਹੜਾ ਲਾਕਡਾਊਨ ਜਿਹੜਾ ਦੁਬਾਰਾ ਲਗਾਇਆ ਜਾਵੇ ਕਿਉਂਕਿ ਜਿਹੜੇ ਕੇਸ ਐ ਰੁਕ ਨਹੀਂ ਰਹੇ ਹੈਗੇ ਤੇ ਕੰਪਨੀਆਂ ਬੱਚੀ ਨਾਲ ਜਿਹੜਾ ਆ ਉਹ ਜਿਹੜਾ ਟਿਲਟ ਵਿੱਚ ਜਿਹੜਾ ਪਹੁੰਚ ਚੁੱਕਾ ਆ ਟਿਲਟ ਮਤਲਬ ਵੀ ਵੈਕਸੀਨ ਜਿਹੜੇ ਆ ਉਹਦਾ ਕੰਮ ਜ ਤੇ ਲੰਬਾਰਤੀਆ ਵਿੱਚ ਅੱਜ ਇਹ ਘਟਨਾ ਵਾਪਰੀ ਹੈ ਲੰਬਾਰਤੀਆ ਵਿੱਚ ਜਿਹੜੀ ਵੈਕਸੀਨ ਜਿਹੜੀ ਸੀਗੀ ਜੀ ਉਹ ਸਾਰੀ ਟਿਲਟ ਵਿੱਚ ਪਹੁੰਚ ਚੁੱਕੀ ਹੈ ਤੇ ਜਿਹੜੇ ਪ੍ਰਿੰਨੋ ਤੋਂ ਲੋਕਾਂ ਨੇ ਕਰਾਈ ਸੀਗੇ ਉਹ ਜਿਹੜੇ ਸਾਰੇ ਕੈਨਸਲ ਜਿਹੜੇ ਕਰ ਦਿੱਤੇ ਗਏ ਆ ਤੇ ਵੈਬ ਦੇ ਵਿੱਚ ਪ੍ਰੋਬਲਮ ਹੋਣ ਦੇ ਕਾਰਨ ਕਾਫੀ ਨੁਕਸਾਨ ਜਿਹੜਾ ਜਲੰਬਾਰਤੀਆ ਸਟੇਟ ਦੇ ਵਿੱਚ ਲੋਕਾਂ ਨੂੰ ਠਾਣਾ ਪਿਆ ਜਿਹਨਾਂ ਨੇ ਵੈਕਸਨ ਆਪਣੇ ਕਰਾਈ ਸੀਗੇ ਪ੍ਰਿੰਨੋ ਤੋਂ ਦੱਸ ਨੇ ਕਰਾਈ ਸੀਗੇ ਤੇ ਤਾਂ ਦੱਸ ਦਈਏ ਇਹ ਜਿਹੜੇ ਇਸ ਵਕਤ ਦੋਨੇ ਜਿਹੜੇ ਚੇਂਜ ਕੀਤੇ ਆ ਆਪਣੀ ਇਟਲੀ ਵਿੱਚ ਲਾਕਡਾਊਨ ਨਹੀਂ ਵੀਰੂ ਲੱਗਾ ਹੈਗਾ ਲਾਕਡਾਊਨ ਇਹ ਨਹੀਂ ਹੁੰਦਾ ਲਾਕਡਾਊਨ ਜਦੋਂ ਸਾਰਾ ਬੰਦ ਹੋਵੇ ਉਹ ਹੁੰਦਾ ਜੋ ਪਿਛਲੇ ਸਾਲ ਲੱਗਾ ਸੀਗਾ ਘਰ ਤੋਂ ਬਾਹਰ ਨਹੀਂ ਨਿਕਲਣਾ ਉਹ ਹੁੰਦਾ ਲਾਕਡਾਊਨ ਹਾਲੇ ਲਾਕਡਾਊਨ ਨਹੀਂਗਾ ਪਰ ਲੋਕਾਂ ਦੀ ਜਿਹੜੀ ਮੰਗ ਉੱਠ ਖੜੀ ਹੈ ਦੁਆਰਾ 44% ਲੋਕ ਕਹਿ ਰਹੇ ਹੈ ਬੇਸੀ ਲਾਕਡਾਊਨ ਜਿਹੜਾ ਲਗਾਉਣਾ ਚਾਹੁੰਦੇ ਇਟਲੀ ਵਿੱਚ ਲਾਕਡਾਊਨ ਲਗਾਓ ਤੇ ਜੇ ਇਹ ਮਜੂਰਾਂ ਸਾਹਿਬੀ ਹੋਰ ਜ਼ਿਆਦਾ ਵੱਧਦੀ ਹੈ ਤੇ ਜਿਹੜਾ ਨਵਾਂ ਲਾਕਡਾਊਨ ਜਿਹੜਾ ਲੱਗ ਸਕਦਾ ਹੈ ਪਰ ਛੋਟਾ ਲੱਗੂਗਾ 1 ਮਹੀ ਇਸ ਤੋਂ ਬਾਅਦ ਬਾਕੀ ਜਿਹੜੀਆਂ ਹੋਰ ਕਾਫੀ ਅਪਡੇਟਸ ਆਪਾਂ ਤੁਹਾਨੂੰ ਦੱਸਾਂਗੇ ਸ਼ਾਮ ਦੀ ਖਬਰਾਂ ਦੇ ਵਿੱਚ ਜਿਹੜੀਆਂ 7 ਵਜੇ ਵਾਲੀਆਂ ਆਪਣੀਆਂ ਹੁੰਦੀਆਂ ਆ ਇਸ ਤੋਂ ਬਾਅਦ ਆਪਾਂ ਗੱਲ ਕਰ ਲਈ ਜਿਹੜੀ ਆਪਾਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਦੱਸੀ ਸੀਗੀ ਵੀ ਪੇਪਰਾਂ ਬਾਰੇ ਪੇਪਰਾਂ ਬਾਰੇ ਆਪਣੇ ਕੱਲ ਇੱਕ ਵੀਰ ਦੇ ਕੋਲ ਸਾਨੂੰ ਇੰਸਟਾਗ੍ਰam ਤੇ ਮੈਸੇਜ ਵੀ ਆਇਆ ਸੀਗਾ ਤੇ ਆਪਣੇ ਵੀ ਨੇ ਮੈਨੂੰ ਕਿਹਾ ਸੀਗਾ ਵੀ ਪਾਜੀ ਮੇਰੇ ਪੀਪਲ ਜਿਹੜੇ ਨਿਕਲ ਚੁੱਕੇ ਆ ਉਹ ਇਹ ਪੇਪਰ ਨਿਕਲ ਦੀ ਜਿਹੜੀ ਗੱਲ ਕਰਦੇ ਭੀ ਡਿਟਲੀ ਵੀ ਡੋਮੈਸਟਿਕ ਪੇਪਰ ਖੁੱਲੇ ਸੀਗੇ ਪਿਛਲੇ ਸਾਲ ਡਿਟਲੀ ਵਿੱਚ ਕੱਚਾ ਬੰਦਾ ਨੂੰ ਪੱਕਾ ਕਰਨਾ ਆ ਕਾਫੀ ਬੰਦਿਆਂ ਨੇ ਉਹ ਪੀਪਰ ਭਰੇ ਸੀਗੇ ਤੇ ਕਾਫੀਆਂ ਜਿਹੜੇ ਨਿਕਲਦੇ ਵੀ ਪਏ ਆ ਤੇ ਉਹ ਵੀਰ ਨੂੰ ਵੀ ਜਿਹੜੀ ਪੂੰਤਾ ਮਿੰਦ ਵਗੈਰਾ ਸਾਰਾ ਕੁਝ ਜਿਹੜਾ ਓਕੇ ਹੋ ਚੁੱਕਾ ਉਹਨਾਂ ਦਾ ਤੇ ਕੁਝ ਕੁ ਸਮੇਂ ਤੱਕ ਜਿਹੜੇ ਪੀਪਰ ਹੈ ਮਿਲ ਜਾਣੇ ਆ ਇਸ ਤੋਂ ਲੱਗ ਆਪਾਂ ਨੂੰ ਕੱਲ ਇੱਕ ਹੋਰ ਕਮੈਂਟ ਆਇਆ ਸੀਗਾ ਜਿਹਦੇ ਵਿੱਚ ਕਿਸੇ ਇੰਡੀਆ ਦਾ ਜਿਹੜਾ ਆਪਣਾ ਵੀਰ ਆ ਉਹਦੇ ਪੀਪਰ ਜਿਹੜੇ ਉਹ ਮ ਜਾਂ ਆਪਣੇ ਜਿਹੜੇ ਚੈਨਲ ਤੇ ਜਿਹੜੇ ਬੰਦੇ ਆ ਉਹਨੂੰ ਆਪਣੇ ਚੈਨਲ ਨੇ ਨਹੀਂ ਜੁੜੇ ਹੈ ਕਿ ਜ਼ਿਆਤਰ ਪੀਪਰਾਂ ਵਾਲੇ ਸਟ੍ਰੀਮ ਕਰਕੇ ਆਪਾਂ ਨੂੰ ਕਮੈਂਟ ਘੱਟ ਆਉਂਦੇ ਆ ਪਰ ਜਿਹੜੇ ਪੀਪਰ ਆ ਉਹ ਨਿਕਲਦੇ ਪਏ ਆ ਤੇ ਇਹ ਕਾਫੀ ਖੁਸ਼ੀ ਦੀ ਗੱਲ ਸੀ ਕੱਲ ਜਿਹੜੇ ਆਪਣੇ ਮੈਨੂੰ ਵੀਰਾਂ ਨੇ ਕਮੈਂਟ ਕੀਤੇ ਆ ਤੇ ਮੈਨੂੰ ਕਾਫੀ ਵਧੀਆ ਲੱਗਾ ਤੇ ਮੈਂ ਸੋਚਿਆ ਵੀ ਆਪਣੇ ਵੀਰਾਂ ਨੂੰ ਜਿਹੜੀ ਖੁਸ਼ਖਬਰੀ ਆ ਜਲਦ ਜਲਦ ਜਿਹੜੀ ਦੇ ਦੇਣੀ ਚਾਹੀਦੀ ਆ ਕਿਉਂਕਿ ਵੈਸੇ ਸੀਜ਼ਨ ਵੀ ਜਿਹੜਾ ਸਟਾਰਟ ਹੋਣ ਵਾਲਾ ਆ ਹੁਣ ਥੋੜੇ ਟਾਈਮ ਤੱਕ ਤੇ ਇਸ ਕਰਕੇ ਵੀ ਹੁਣ ਜਿਹੜੇ ਪੀਪਰ ਨਿਕਲਣ ਦੀ ਸਪੀਡ ਜਿਹੜੀ ਅਗੀ ਨਾਲੋਂ ਜਿਹ ਸੋ ਬਾਕੀ ਬਾਕੀ ਖਬਰਾਂ ਤੁਹਾਨੂੰ ਦੱਸਾਂਗੇ ਆਪਾਂ ਸ਼ਾਮਾਂ ਦੀਆਂ ਅਪਡੇਟਸ ਦੇ ਵਿੱਚ ਛੋੜੀ ਜਿਹੀ ਅਪਡੇਟ ਸੀਗੀ ਤੇ ਮੈਨੂੰ ਉਮੀਦ ਹੈ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਤੁਸੀਂ ਹਮਨੇ ਕੀਮਤੀ ਸਮਾਂ ਕੱਢ ਕੇ ਵੀਡੀਓ ਦੇਖਿਆ ਦਾ ਧੰਨਵਾਦ ਤੇ ਸਾਰਿਆਂ ਨੂੰ ਜਿਹੜਾ ਹੈ ਜੀ ਹੈਪੀ ਵੀਕਐਂਡ ਚੈਨਲ ਸਬਸਕ੍ਰਾਈਬ ਜਰੂਰ ਕਰਦੇ ਜਾਉਂਦੇ ਜਾਂਦੇ ਅੱਜ ਵਸਤੇ ਨਹੀਂ ਮਿਲਦੇ ਸ਼ਾਮਾਂ ਦੀਆਂ ਖਬਰਾਂ ਵਿੱਚ